ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ, ਪਿੰਡ ਬੁੱਤ, ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ, ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ, ਤੇ ਅੱਜ ਵੀ ਤੁਹਾਨੂੰ ਦੋ ਗਾਵਾਂ ਜਿਹੜੀਆਂ ਤਾਜ਼ੀਆਂ ਸੂਈਆਂ ਤੁਹਾਨੂੰ ਦੋਵੇਂ ਦਿਖਾਵਾਂਗੇ। ਆ ਹੁਣ ਗੱਲਬਾਤ ਹੁਣ ਆਪਾਂ ਕਰਦੇ ਹਾਂ, ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਕੀ ਹਾਲ ਚਾਲ ਚਾਲ ਜੀ? ਜੀ ਠੀਕ ਜੀ, ਚਲੋ ਵਧੀਆ, ਠੀਕ ਠਾਕ ਹੀ ਚਾਹੀਦਾ। ਨਾਮ ਦੱਸ ਦਿਓ ਕਰੀ ਆਪਣਾ। ਨਾਮ ਮੇਰਾ ਤਰਲੋਕ ਸਿੰਘ ਜੀ। ਐਡਰੈਸ ਵੀ ਦੱਸ ਦਿਓ। ਪਿੰਡ ਨਾਮ ਤਰਲੋਕ ਸਿੰਘ, ਪਿੰਡ ਬੁੱਤ, ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ, ਲੱਗ ਗਿਆ ਆਪਾਂ ਨੂੰ, ਦੋਵੇਂ ਵੱਡੇ ਰੋਡ ਪੈ ਜਾਂਦੇ ਹੈ ਨਾ, ਹਾਂ ਹਾਈਵੇ ਰੋਡ, ਫਿਰੋਜ਼ਪੁਰ ਵਾਲਾ ਲੱਗੇ ਰੋਡ ਆ ਵੀ ਅਤੇ ਜਲੰਧਰ ਵਾਲਾ ਰੋਡ ਵੀ। ਹਾਂ ਠੀਕ, ਅੱਧਾ। ਹਾਂ ਅਤੇ ਫੋਨ ਨੰਬਰ ਬੋਲ ਦਿਓ ਜੀ। ਫੋਨ ਨੰਬਰ 95 017 36 450 ਜੀ। ਠੀਕ ਹੈ ਜੀ, ਕਰੀਏ ਫਿਰ ਸ਼ੁਰੂ ਹੈ ਨਾ ਆਪਾਂ। ਹਾਂਜੀ ਹਾਂਜੀ, ਹਾਂ ਦੇ ਸਕਦੇ ਜੀ। ਆ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਬੰਨੀ, ਇਹ ਤੋਂ ਹੀ ਆਪਾਂ ਸ਼ੁਰੂਆਤ ਕਰਨੀ। ਬੱਚਾ ਕੀ ਆ ਗਿਆ ਜੀ ਇਹਦੇ ਮਗਰ? ਵੱਛੀ ਆ ਜੀ। ਇਹਦੇ ਮਗਰ ਜਿਹੜੀ ਵੱਛੀ ਆਪਾਂ ਦੇਖ ਸਕਦੇ ਹਾਂ, ਕਾਫੀ ਪਿਆਰੀ ਆ। ਕਿਉਂ, 4 ਦਿਨ ਦੀ ਸੀ ਆ ਜੀ, ਅੱਜ ਚੌਥਾ ਦਿਨ ਹੈ ਨਾ। 4 ਦਿਨ ਦੀ ਸੂਈ ਦੱਸਦੇ ਆ, ਥਾਣੇ ਦੇ ਕਰੀ ਲੱਗੇ ਤਾਂ ਦੇਖ ਸਕਦੇ ਜੀ। ਅਤੇ ਆਹ ਜਿਹੜੀ ਇਹਦੀ ਵੱਛੀ ਵੀ ਕਾਫੀ ਪਿਆਰੀ ਹੈ, ਸੋਹਣੀ ਵੱਛੀ ਹੈ। ਸੂਆ ਕਿੰਨਵਾਂ ਸੂਈ ਜੀ? ਇਹ ਪਹਿਲੇ ਸੂਏ ਜੀ। ਅੱਛਾ, ਪਹਿਲਾਂ ਹੀ ਸੂਆ ਵਾ। ਹਾਂਜੀ। ਅਤੇ ਕਿੰਨਾ ਕੁ ਦੁੱਧ ਤਿਆਰ ਜੇ ਇਸ ਟਾਈਮ ਇਹਦੇ ਕੋਲ? ਇਸ ਟਾਈਮ ਆਪਾਂ ਝੂਠ ਨਹੀਂ ਮਾਰਨਾ, ਬੇਸ਼ੱਕ 2 ਡੰਗ ਕੋਈ ਆਣ ਕੇ ਤਸੱਲੀ ਕਰੇ। ਹਾਂਜੀ। 11-12 ਲੀਟਰ ਬੋਲਾ ਹੀ ਆ ਇਹਦੇ ਥੱਲੇ। ਅੱਛਾ। ਤੇ 15-16 ਲੀਟਰ ਦੁੱਧ ਕਰੂਗੀ, ਸੇਵਾ ਕਰੂਗੀ। ਤੇ ਕਰ ਜਾਓ ਪਹਿਲੇ ਸੂਬੇ 15-16 ਲੀਟਰ। ਠੀਕ ਹੈ। ਭਾਂਡਾ ਭੁੰਡਾ ਚੰਗਾ ਵਾ, ਜਾਤ ਦੀ ਆ ਵੱਛੀ, ਬੋਦੀ ਵਾਲੀ ਵੱਛੀ ਆ ਜੀ। ਹਾਂਜੀ, ਨਾਲੇ ਮਗਰ ਵੀ ਵੱਛੀ, ਮਗਰ ਵੀ ਵੱਛੀ ਆ ਜੀ। 2 ਗਾਵਾਂ ਸਮਝ ਲਓ ਕਿ ਜੇ ਵੱਛੀ ਨੂੰ ਪਾਲੇ ਦੇ। ਠੀਕ ਹੈ, ਤੇ ਕੀ ਫਿਰ ਮੁੱਲ ਰੱਖਣਾ ਜੀ ਇਹਦਾ? ਇਹਦਾ ਮੁੱਲ ਤੇ ਆ ਜੀ 35,000। ਹਾਂਜੀ, ਪਰ ਲੋਹੜੀ ਆਈ ਆ, ਮੈਂ 1,050 ਛੱਡ ਦੂੰਗਾ। ਅੱਛਾ, 34,000 ਦੀ ਦੇ ਦੋਗੇ? 34,000 ਚੋਂ ਵੀ ਮਾਨ ਤਾਨ ਹੋਰ ਕਰ ਦੂੰਗਾ। ਲੋਹੜੀ ਆਈ, ਲੋਹੜੀ ਦੇ ਬੰਪਰ ਹੀ ਖੇਡ ਦੇਣਾ। ਅੱਛਾ, ਹੋਰ ਸਸਤੀ ਕਰ ਦੇਣੀ ਆ। ਠੀਕ ਆ, ਬਾਕੀ ਕੋਈ ਵੀਰ ਫੋਨ ਲਾਵੇ ਹੈ ਨਾ, ਫੋਨ ਲਾਵੇ। ਅੱਛਾ ਜੀ, ਤੇ ਉਹਨੂੰ 34,000 ਤੋਂ ਵੀ ਹੋਰ ਛੋਟ ਕਰੂੰਗਾ। ਠੀਕ ਹੈ ਜੀ, ਠੀਕ। ਤੋਰੀਏ ਫਿਰ ਇੱਕ ਵਾਰੀ, ਤੇ ਦੁੱਧ 11-12 ਲੀਟਰ ਹੈਗਾ ਪੱਕਾ? ਪੱਕਾ ਜੀ, 2 ਡੰਗ ਇੱਥੇ ਪ੍ਰਸ਼ਾਦਾ ਪਾਣੀ ਆਣ ਕੇ ਮੇਰੇ ਕੋਲ ਛੱਕ ਛਕੇ, ਰਾਤ ਰਵੇ, ਸ਼ਾਮ ਨੂੰ ਟਾਈਮ ਨਾਲ ਟਾਈਮ ਰੱਖ ਕੇ ਚੋ ਕੇ ਵੇਖ ਲੇ। ਠੀਕ ਹੈ ਜੀ, ਠੀਕ। ਆਹ ਦੇ ਸਕਦੇ ਜੀ, ਆਹ ਜਿਹੜੀ ਇਹਦੀ ਵੱਛੀ ਕਾਫੀ ਪਿਆਰੀ, ਵੱਛੀ ਦੀ ਹਾਈਟ ਵੀ ਆਪਾਂ ਹੁਣ ਤੋਂ ਦੇਖ ਸਕਦੇ ਚੰਗੀ ਹੈ। ਤੇ ਆਪ ਵੈੜ ਦਾ ਵੀ ਜਿਹੜਾ ਆਪਾਂ ਚਿਹਰਾ ਦੇਖ ਸਕਦੇ, ਸੋਹਣਾ ਵਾ ਸੂਆ ਜਿਹੜਾ ਪਹਿਲਾਂ ਹੀ ਆ। 34,000 ਚ ਵੀ ਜਿਹੜਾ ਮਾਨਤਾ ਨੂੰ ਮਿਲਦੀ ਨੇ, ਕਹਿੰਦੇ ਕਿ ਆਪਾਂ ਕਰਾਂਗੇ, ਬਾਕੀ ਕੋਈ ਵੀਰ ਫੋਨ ਲਾਵੇ। ਹਾਂਜੀ, ਲੈ ਜਾਓ ਜੀ, ਲੈ ਜਾਓ, ਲੈ ਜਾਓ ਕਮਾ। ਬੱਚੇ ਵੱਲ ਥੋੜ੍ਹਾ ਜ਼ਿਆਦਾ ਭੱਜ ਕੇ ਜਾਂਦੀ। ਹਾਂ ਦੇ ਸਕਦੇ, ਹਵਾਨਾ ਜਿਹੜਾ ਇੱਧਰ ਨੂੰ ਗਾਹ ਨੂੰ ਵੀ ਚੰਗਾ, ਅਤੇ ਹਵਾਨਾ ਪਛਾਣ ਵੀ ਸੋਹਣਾ, ਕੰਪੈਕਟ ਜਿਹਾ ਦਿਖਾਉਂਦੀ ਹੈ। ਅਤੇ ਵੱਛੀ ਜਿਹੜੀ ਬੜੀ ਪਿਆਰੀ ਹੈ, ਮਗਰ ਕੰਪੈਕਟ ਜਿਹੜਾ ਇਹਦਾ ਹਵਾਨਾ, 14-15 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਪਹਿਲੇ ਸੂਬੇ 'ਚ ਵਾਜੂਗੀ। ਹੁਣ ਆ ਜਿਹੜੀ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਗਾਂ ਦਿਖਾਉਣੀ ਹੈ, ਇਹਦੇ ਮਗਰ ਬੱਚਾ ਕੀ ਆ ਗਿਆ ਜੀ? ਇਹਦੇ ਮਗਰ ਜਿਹੜਾ ਵੱਛਾ ਹੈ, ਇਹ ਵੀ ਜਿਹੜੀ ਸੋਹਣੀ ਵੈੜ ਆ ਦੇਖ ਸਕਦੇ, ਬੋਦੀ ਵਾਲੀ ਵੈੜ ਆ। ਅਤੇ ਥਾਣੇ ਇਹਦੇ ਵੀ ਤੁਹਾਨੂੰ ਲੱਗ ਕੇ ਤਾਂ ਦਿਖਾ ਦਈਏ, ਆ ਦੇਖ ਸਕਦੇ ਜੀ। ਜਿਹੜੀ ਆਪਾਂ ਦੂਸਰੇ ਨੰਬਰ ਤੇ ਦਿਖਾਉਣੀ ਆ, ਇਹਦੇ ਬਾਰੇ ਦੱਸਿਓ ਕਿੰਨਵਾਂ ਸੂਆ ਜੀ? ਇਹ ਦੂਜੇ ਸੂਏ ਆ ਜੀ, ਇਹ ਦੂਸਰੇ ਸੂਏ ਆ। ਹਾਂਜੀ, ਠੀਕ ਆ। ਤੇ ਕਿੰਨਾ ਚਿਰ ਹੋਇਆ ਇਹਨੂੰ ਸੂਈ ਨੂੰ? ਇਹਨੂੰ 20 ਦਿਨ 20-22 ਦਿਨ ਹੋ ਗਏ ਜੀ ਸੂਈ ਨੂੰ। ਅੱਛਾ, ਮੰਗਰੇ ਦੇ ਵੱਛਾ ਜੀ। ਠੀਕ ਆ, ਤੇ ਦੁੱਧ ਇਸ ਵੇਲੇ ਇਹਦੇ ਥੱਲੇ 10 ਲੀਟਰ ਆ ਦੋਵਾਂ ਵੇਲਿਆਂ ਦਾ। ਅੱਛਾ, 10 ਲੀਟਰ ਹੈਗਾ ਪੱਕਾ ਦੁੱਧ? ਪੱਕਾ ਦੁੱਧ ਆ ਜੀ, ਉਸ ਤਰ੍ਹਾਂ ਦੇ 11-12 ਕੱਢ ਲਈ, ਪਰ ਅਸੀਂ 10 ਲੀਟਰ ਦੀ ਗਰੰਟੀ ਦੇਵਾਂਗੇ, 1-2 ਕਿਲੋ, ਕਿਉਂਕਿ ਠੰਡ ਆ ਨਾ। ਹਾਂਜੀ ਹਾਂਜੀ, ਤੇ ਇਸ ਕਰਕੇ ਠੰਡ ਦੇ ਵਿੱਚ ਡਾਊਨ ਹੋ ਜਾਂਦੀਆਂ ਗਾਈਆਂ ਜਿਹੜੀਆਂ ਨਾ। ਹਾਂਜੀ ਹਾਂਜੀ, ਇਹ ਦੁੱਧ ਬੋਰ ਸਾਰੇ ਡੰਗਰ ਮੱਝ ਹੋਵੇ ਗਾਂ ਹੋਵੇ ਘੱਟ ਜਾਂਦਾ ਦੁੱਧ। ਠੀਕ ਹੈ, ਹਾਂ ਠੰਡ ਤੁਹਾਨੂੰ ਬਰਾਬਰ ਸਾਰੀਆਂ? ਬਿਲਕੁਲ ਜੀ, ਓਕੇ ਜੀ, ਦੋਵਾਂ ਗਾਈਆਂ ਦੇ ਐ, ਨਾ ਭੂਰ ਨਾ ਛੱਟਾ, ਓਕੇ ਸਭ ਕੁਝ ਐ ਤੱਲੀ। ਠੀਕ ਹੈ, ਖੋਲੀਏ ਫਿਰ, ਤੋਰੀਏ ਇਹਨਾਂ ਨੂੰ। ਲਿਆ, ਲੈ ਜਾ ਲੈ ਜਾ, ਤੋਰ ਦੇ। ਹਾਂ ਦੇਖ ਸਕਦੇ, ਦੁੱਧ ਮੌਕੇ 'ਤੇ ਜਿਹੜਾ 10 ਲੀਟਰ ਦੱਸਦੇ ਸੂਆ, ਇਹਦਾ ਦੂਸਰਾ
ਤੇ ਮਗਰ ਇਹਦੇ ਬੱਚਾ। ਹਾਂਜੀ ਠੀਕ ਹੈ ਜੀ, ਲੈ ਆ। ਖਾਣੇ ਤੁਹਾਨੂੰ ਬਹਿਣੀ ਵਾਲੇ ਪਾਸੇ ਤਾਂ ਲੱਗ ਤਾਂ ਚੰਗੀ ਤਰ੍ਹਾਂ ਦਿਖਾ ਦਈਏ। ਦੱਸੀਏ ਫਿਰ ਮੁੱਲ ਆਪਾਂ ਇਹਦਾ ਵੀ। ਇਹਦਾ ਜੀ ਮੁੱਲ ਤੇ ਅਸੀਂ ਕਰਦੇ ਆ 25,000 ਰੁਪਇਆ। ਅੱਛਾ ਜੀ, 24 ਦੀ ਦੇ ਦੂੰਗਾ। 24 ਦੀ ਦੇ ਦੋਗੇ? 24 ਤੋਂ ਵੀ ਮੈਂ ਹੋਰ 1,000 ਘੱਟ 23 ਦੀ ਦੇ ਦੂੰਗਾ। ਅੱਛਾ 23 ਦੀ ਕਰ ਦੋਗੇ? ਹਾਂ 23 ਦੀ ਕਰ ਦਾਂਗੇ। ਇਹਦਾ ਵੀ ਲੋਹੜੀ ਦਾ ਹੀ ਆਫਰ ਲਾ ਦੇਣਾ। ਲੋਹੜੀ ਦਾ ਆਫਰ ਦੂੰਗਾ, ਗਾਈਆਂ ਦਾ ਲਾਤਾ ਜੀ। ਅੱਛਾ, ਮੈਂ ਕਿਹਾ ਕੋਈ ਭੈਣ ਭਰਾ ਆਵੇ ਦੂਰੋਂ ਨੇੜਿਓਂ ਵੀ ਤੇ ਉਹਨਾਂ ਨੂੰ ਆਫਰ ਆ। ਠੀਕ ਹੈ, ਹਾਂ ਤੇ ਬਾਕੀ ਫੋਨ ਕੋਈ ਲਾਵੇ ਤਾਂ ਮੌਕੇ ਤੇ ਹੋਰ ਹੋ ਜਾਊਗਾ। ਮੌਕੇ ਤੇ ਹੋਰ ਹੋ ਜਾਊਗਾ ਜੀ। ਠੀਕ ਹੈ ਜੀ, ਠੀਕ ਹੈ। ਹੋਰ ਕੁਛ ਕਹਿਣਾ ਜੀ? ਬਸ ਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆਵੇ, ਆਪਣੀ ਤਸੱਲੀ ਕਰੇ, ਚਵਾਈ ਕਰੇ, ਪਾਸ ਕਰੇ ਤੇ ਫਿਰ ਆਪਣਾ ਪਸ਼ੂ ਖਰੀਦੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।